ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਕੈਬਨਿਟ ਚੋਂ ਬਰਖਾਸਤ ਕਰਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਪਿੱਛੋਂ ਸਿੰਗਲਾ ਨੂੰ ਐਂਟੀ ਕਰਪਸ਼ਨ ਵਿੰਗ ਵੱਲੋਂ ਮੋਹਾਲੀ ਅਦਾਲਤ 'ਚ ਪੇਸ਼ ਕੀਤਾ ਗਿਆ। ਇਸੇ ਦੌਰਾਨ ਅਦਾਲਤ ਨੇ ਇਸ ਮਾਮਲੇ 'ਤੇ ਸੁਣਵਾਈ ਕਰਦਿਆਂ ਸਿੰਗਲਾ ਨੂੰ ਹੁਣ 27 ਮਈ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਹੀ ਕੈਬਨਿਟ ਦੇ ਮੰਤਰੀ ਵਿਜੇ ਸਿੰਗਲਾ ਨੂੰ ਕੈਬਨਿਟ 'ਚੋਂ ਸਿਹਤ ਵਿਭਾਗ ਦੇ ਹਰ ਕੰਮ 'ਤੇ ਟੈਂਡਰ ਦੇ ਬਦਲੇ 1% ਕਮਿਸ਼ਨ ਮੰਗਣ 'ਤੇ ਬਰਖਾਸਤ ਕੀਤਾ ਹੈ। इसकी जानकारी खुद मुख्य मंत्री मान ने एक वीडियो जारी करके दी है। मान ने कहा कि मेरे ध्यान से केस आया है कि मेरी ही सरकार का एक मंत्री हर टेंडर चो 1% रिश्वत मांगता है। इस केस का सिर्फ मैनू ही पता सी, ना तो विरोधी इस बारे जानते सन ते ना ही मीडिया नू पता लगा। तुम दस दिए कि मानसा विधानसभा हल्के तो सिद्धू मूसेवाला नू हरा के विजय सिंगला विधानसभा की पौड़ी चढ़े सन ते बाद विच कैबिनेट ਦੇ ਵਿੱਚ ਉਹਨਾਂ ਨੂੰ ਮੰਤਰੀ ਦਾ ਅਹੁਦਾ ਮਿਲਿਆ ਸੀ ਅਤੇ ਉਹ ਇਸ ਵੇਲੇ ਪੰਜਾਬ ਦੇ ਸਿਹਤ ਮੰਤਰੀ ਸਨ, ਜਿਨ੍ਹਾਂ ਨੂੰ ਹੁਣ ਬਰਖਾਸਤ ਕਰ ਦਿੱਤਾ ਗਿਆ ਹੈ। ਬਿਊਰੋ ਰਿਪੋਰਟ, ਪੰਜਾਬ ਟੂਡੇ।